ਕਿਆ ਮੂਰਤ ਬਣਾਈ ਆ ਰੱਬ ਨੇ। ਓਏ ਓਏ ਟੀਟੂ, ਤੂੰ ਤਾਂ ਠੱਗਿਆ ਗਿਆ, ਤੇਰਾ ਖਾਣ ਪ੍ਰਮਾਣ ਤਾਂ ਸ਼ਾਮੋ ਨਾਲ ਤੀ, ਤੇਰੇ ਨਾਲ ਤਾਂ ਠੱਗੀ ਲਾ ਲਈ ਸਹੁਰੇ ਨੇ। ਐਕਸਕਿਊਜ਼ ਮੀ ਜੀਜੂ ਜੀ, ਤੁਸੀਂ? ਹਾਂ ਹਾਂ, ਹਜੇ ਸੁੱਤੇ ਨੀ? ਨਾ ਨਾ, ਹੁਣ ਕੀ ਚਾਹੀਦਾ? ਜਿਵੇਂ ਤੈਨੂੰ ਪਤਾ ਹੀ ਨਹੀਂ। ਹਾਂ, ਮੇਰਾ ਮਤਲਬ ਚਾਹੀਦਾ ਤਾਂ ਬਹੁਤ ਕੁਛ ਆ, ਜੇ ਤੂੰ ਹਾਮੀ ਭਰੇ। ਮੈਨੂੰ ਨਾ ਤੇਰੇ ਘਰਵਾਲੇ 'ਤੇ ਗੁੱਸਾ ਆਉਂਦਾ, ਸਾਲਾ ਇੰਨਾ ਸੋਹਣਾ ਸਮਾਨ ਛੱਡ ਕੇ ਟਰੱਕਾਂ ਦੇ ਧੱਕੇ ਖਾਂਦਾ ਫਿਰਦਾ। ਛੱਡੋ ਹੱਥ ਜੀਜਾ ਜੀ, ਹਾਂ ਤੁਹਾਨੂੰ ਚੜ ਗਈ ਆ, ਪੈ ਜਾਓ ਜਾ ਕੇ। ਜੇ ਪੰਮੀ ਦੀਦੀ ਨੇ ਦੇਖ ਲਿਆ ਨਾ, ਤੁਹਾਡੀ ਸਾਰੀ ਪੀਤੀ ਲਾ ਦੇਣੀ ਹੈਗੀ। I am going. ਮੈਂ ਤਾਂ ਪਾਣੀ ਦੇ ਦੇ। ਹਾਂ ਹਾਂ, ਮੈਂ ਲਿਆਉਣੀ ਹੈ, ਤੁਸੀਂ ਜਾਓ। ਠੀਕ ਹੈ, ਜਾਓ ਜਾਓ ਤੁਸੀਂ, ਮੈਂ ਲੈ ਕੇ ਆਉਂਦੇ ਪਾਣੀ। ਆ ਜੀ ਜੀਜੂ ਵੀ ਨਾ ਪੀ ਕੇ, ਬਸ ਪਤਾ ਹੀ ਨਹੀਂ ਲੱਗਦਾ ਵੀ ਕੀ ਕਹਿਣਾਗਾ। ਹੋਰ ਸੁਣਾ ਜੀਤੀ, ਕਿਵੇਂ ਰਹਿੰਦਾ ਫਿਰ ਤੇਰੇ ਵਾਲਾ ਭੂੰਡ ਜਾ? ਬਸ ਠੀਕ ਹੈ, ਬਸ ਮਸਾਂ ਕਾਬੂ ਕਰਕੇ ਰੱਖਦੀ ਹਾਂ। ਤੂੰ ਸੁਣਾ, ਟੀਟੂ ਭਾਈ ਸਾਹਿਬ ਕਿਵੇਂ ਰਹਿੰਦੇ ਨੇ? ਨਹੀਂ ਉਹ ਕਿਹੜਾ ਝੱਬੂ ਜਾਂ ਚੰਗਾ, ਬਥੇਰੇ ਦਰੱਤੇ ਮਾਰਦਾ ਫਿਰਦਾ, ਉਹ ਕਿੰਨਾ ਕਾਬੂ ਕਰਕੇ ਰੱਖੀਦਾ। ਉਹ ਭਾਬੀ ਭਾਬੀ ਉੱਧਰ ਦੇਖ, ਤੇਰੇ ਘਰ ਵਾਲੇ ਟੀਟੂ ਭਾਈ ਸਾਹਿਬ ਨੇ ਕਿਵੇਂ ਗੰਦ ਪਾ ਰੱਖਿਆ। ਉਹ ਸ਼ਰਾਬੀ ਹੋ ਗਏ, ਮੇਰੀ ਭਾਬੀ ਜੀ ਨੂੰ ਛੇੜਦਾ। ਹੈਂ, ਇਸ ਬੰਦੇ ਦੀ ਇੰਨੀ ਹਿੰਮਤ? ਅੱਜ ਤੇਰਾ ਜੀਜਾ ਨਾ ਮੇਰੇ ਹੱਥਾਂ ਮਰਿਆ ਹੀ ਸਮਝ। ਰਾਮ ਦੇ ਨੂੰ ਨਾ ਮੈਂ ਇੰਨਾ ਸਮਝਾ ਕੇ ਲਿਆਈ ਤੀ ਵੀ ਬੰਦਾ ਬਣ ਕੇ ਰਹੀ, ਪਰ ਕਿੱਥੇ, ਇਹ ਕੁੱਤੇ ਦੀ ਪੂਛ ਆ, ਕਦੇ ਸਿੱਧੀ ਨਹੀਂ ਹੋ ਸਕਦੀ। ਇਸ ਗੱਲੋਂ ਭੈਣੇ ਮੇਰੇ ਵਾਲਾ ਠੀਕ ਆ, ਪਰ ਕਦੇ ਕਦੇ ਕਰ ਜਾਂਦਾ। ਦੇ ਤਾਂ ਤੇਲ ਹਫ਼ਤੇ ਬਾਅਦ। ਉਹ ਭਾਬੀ ਤੇਰੇ ਵਾਲਾ ਵੀ ਅਕਸ਼ੇ ਕੁਮਾਰ ਬਣਿਆ ਫਿਰਦਾ, ਜਾ ਕੇ ਦੇਖ ਲਾ ਉਹਦਾ ਹਾਲ। ਚਿੰਕੀ ਚੱਲ ਕਰੀਏ ਫਿਰ ਲੋਟ ਇਹਨਾਂ ਨੂੰ, ਉਰੇ ਆ ਕੇ ਤਾਂ ਇਹਨਾਂ ਨੇ ਗੰਦ ਹੀ ਪਾਤਾ। ਭਾਬੀ ਮੈਨੂੰ ਲੱਗਦਾ ਸਾਡੇ ਵਸਦੀ ਹੈ ਨਹੀਂ ਗੱਲ। ਵੇ ਦੇਖੀ ਤਾਂ ਸਹੀ ਤੂੰ, ਵਸਦੀ ਕਿਉਂ ਨਹੀਂ ਗੱਲ, ਦੇਖਦਾ ਜਾ ਤੂੰ ਕਿਹੜਾ, ਤੂੰ ਦੇਖੀ ਅੱਜ ਇਹਦਾ ਭੜਥੂ ਪੈਂਦਾ ਲੈ। ਚੱਲ ਭੈਣੇ ਐ ਮਾਰਦੇ ਪੰਪ, ਹੁਣ ਹੋਏਗੀ ਠਾ ਠਾ ਠਾ। ਦੀਦੀ ਤੁਸੀਂ ਕਿੱਧਰ ਚੱਲੇ? ਜੀਜਾ ਨੂੰ ਠੀਕ ਕਰਨ ਚੱਲੇ ਸੀ। ਲਾਡੀ ਕਹਿੰਦਾ ਦਾਰੂ ਨਾਲ ਰੱਜ ਕੇ ਗੰਦ ਪਾਈ ਜਾਂਦੇ ਨੇ। ਕਿੱਥੇ ਨੇ ਇਹ? ਦੀਦੀ ਉਹ ਤਾਂ ਪੈ ਗਏ ਹੁਣ, ਰੱਜੇ ਫਿਰਦੇ ਸੀਗੇ। ਨਾਲੇ ਆ ਜੀਜਾ ਸਾਈ ਦਾ ਨਾ ਮਾੜਾ ਮੋਟਾ ਮਜ਼ਾਕ ਚੱਲਦਾ ਹੀ ਰਹਿੰਦਾ। ਓ ਹੈਲੋ ਸ਼ਾਲੂ, ਜ਼ਿਆਦਾ ਸਾਲੀ ਬਣਨ ਦੀ ਲੋੜ ਨੀ। ਹਾਂ ਘੂਰਦਿਆ ਕਰ ਜੇ ਕੋਈ ਉਲਟੀ ਸਿੱਧੀ ਹਰਕਤ ਕਰਦੇ ਨੇ। ਨੀ ਭੈਣੇ ਆਪਣੀ ਘਰਵਾਲੀ ਮੇਰੇ ਮੁੰਗ ਜਿੰਨੀ ਮਰਜ਼ੀ ਸੋਹਣੀ ਹੋਵੇ, ਪਰ ਦੂਜੇ ਦੇਖਣੋਂ ਨਹੀਂ ਹਟਦੇ ਇਹ। ਨਹੀਂ ਛੱਡੋ ਹੁਣ, ਉਹ ਤਾਂ ਸੌਂ ਗਏ, ਹੁਣ ਤੜਕੇ ਕਰਾਂਗੇ ਗੱਲ। ਚਲੋ ਆਓ ਪੈਨੇ ਆਪਾਂ। ਉਹ ਇੰਨੇ ਪੰਪ ਮਾਰਨ ਦਾ ਕੋਈ ਫਾਇਦਾ ਨਹੀਂ ਹੋਇਆ, ਚੱਲ ਕੱਲ ਨੂੰ ਸਹੀ। ਉਹ ਮੈਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਦੱਸਾਂਗਾ ਵੀ ਲਾਡੀ ਚੀਜ਼ ਕੀ ਹੈ।